ਨੌ ਹੋ ਜਾਣੀਆਂ ਆ ਇਦਾਂ ਦੀ ਗੱਲ ਕੋਈ ਨੀ ਮੋਟਰਸਾਈਕਲਾਂ ਦੀ ਗਿਣਤੀ ਵੀ ਕੋਈ ਨੀ ਹੈਗੀ ਹੈਲੋ ਹਾਂਜੀ ਸਾਡੇ ਕੋਲ ਸਾਡੇ ਬਹੁਤ ਹੀ ਸਤਿਕਾਰਯੋਗ ਕਰਨਜੀਤ ਸਿੰਘ ਗਿੱਲ ਅਤੇ ਵਿੱਕੀ ਗਰੇਵਾਲ ਜਿਨ੍ਹਾਂ ਨੇ ਮੋਟਰਸਾਈਕਲਾਂ ਦੀ ਸੇਵਾ ਬੈਸਟ ਰੇਡ ਅਤੇ ਬੈਸਟ ਸਟੋਪਰ ਨੂੰ ਕਰਨੀ ਆ ਉਹ ਸਾਡੇ ਕੋਲ ਸਟੇਜ 'ਤੇ ਪਹੁੰਚ ਚੁੱਕੇ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਕਰਨਜੀਤ ਸਿੰਘ ਗਿੱਲ ਅਤੇ ਵਿੱਕੀ ਗਰੇਵਾਲ ਜੋ ਕਿ ਸਾਡੇ ਕੋਲ ਸਟੇਜ 'ਤੇ ਪਹੁੰਚ ਚੁੱਕੇ ਅਸੀਂ ਉਹਨਾਂ ਦਾ ਬਹੁਤ ਬਹੁਤ ਵੈਲਕਮ ਜੀ ਆਇਆਂ ਨੂੰ ਸਾਰੇ ਨਗਰ ਨਿਵਾਸੀਆਂ ਵੱਲੋਂ ਨਗਰ ਪੰਚਾਇਤ ਵੱਲੋਂ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵੱਲੋਂ ਉਹਨਾਂ ਨੂੰ ਵੈਲਕਮ ਮੋਸਟ ਵੈਲਕਮ ਜੀ ਆਇਆਂ ਨੂੰ ਲਓ ਜੀ ਵਾਟਰ ਬ੍ਰੇਕ ਫਿਰ ਸ਼ੁਰੂ ਹੋ ਗਈ ਹੈ ਉਦੋਂ ਰੁੜਕੀ ਬਣਦਾ ਸੋਣ ਕਹਿੰਦਾ ਬਾਕੀ ਗੱਲ ਸਹੀ ਹੈ ਕਾਰ ਭਾਵੇਂ ਇੱਕੋ ਜਿੱਤੀ ਪਰ ਮੋਟਰਸਾਈਕਲ ਨੌ ਜਿੱਤੇ ਆ ਜੇ ਮਾਲਕ ਨੇ ਮਿਹਰ ਕੀਤੀ ਤਾਂ ਨੌ ਹੀ ਕਾਰਾਂ ਤੱਕ ਪਹੁੰਚ ਜਾਊਗਾ ਕਿਉਂਕਿ ਕਾਰਾਂ ਦਾ ਅੱਗੇ ਪਿੱਛੇ ਹੇਰ ਫੇਰ ਹੋ ਜਾਂਦਾ ਹੈ ਉਹਨੇ ਮੈਨੂੰ ਦੱਸਿਆ ਸੀ ਵੀ ਜਿੱਤੀਆਂ ਬਈ ਨੌ ਕਾਰਾਂ ਤੇ ਇੱਕ ਮੋਟਰਸਾਈਕਲ ਮੈਨੂੰ ਭੁਲੇਖਾ ਪੈ ਗਿਆ ਵੀ ਇੱਕ ਮੋਟਰਸਾਈਕਲ ਤੇ ਨੌ ਕਾਰਾਂ ਕੋਈ ਗੱਲ ਨਹੀਂ ਤੇ ਇੱਧਰ ਆਹ ਦੇਖੋ ਸਾਹਮਣੇ ਜੋਤੀ ਬਦੇਸ਼ਾ ਕਹਿੰਦੇ ਵੀ ਜੰਡੂ ਸਿੰਘੇ ਬਣਦਾ ਆਹ ਸੋਹਣਾ ਨੰਬਰ ਜੋੜਦਾ ਹੋਇਆ ਆਪਣੀ ਟੀਮ ਦੇ ਲਈ ਚੱਲ ਬਈ ਨੌਜਵਾਨਾਂ ਪਾ ਕਬੱਡੀ ਮੰਨਾ ਨਾਮ ਹੈ ਗੱਭਰੂ ਦਾ ਬਾਬਾ ਸੂਬਾ ਸਿੰਘ ਦਾ ਪੋਤਰਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇੱਕ ਕੰਨੀ ਤੇ ਕਹਿੰਦੇ ਵੀ ਨਵੀਂ ਤੇ ਦੂਜੇ ਪਾਸੇ ਜੱਟ ਕਹਿੰਦੇ ਵੀ ਪਿੱਥੋਂ ਪੜਦਾ ਸ਼ੀਰਾ ਕਹਿੰਦੇ ਵੀ ਬਠਿੰਡੇ ਜ਼ਿਲ੍ਹੇ ਦਾ ਇਹ ਬਠਿੰਡੇ ਜ਼ਿਲ੍ਹੇ ਦਾ ਇੱਕੋ ਇੱਕ ਨੁਮਾਇੰਦਗੀ ਕਰਨ ਵਾਲਾ ਵਰਲਡ ਕੱਪ ਦੇ ਵਿੱਚ ਖਿਡਾਰੀ ਹੈ ਆਇਆ ਮਾਧੋਪੁਰ ਦੇ ਗੜੀ ਮਹਾ ਸਿੰਘ ਦਾ ਜੇਤੂ ਖਿਡਾਰੀ ਮੇਰੇ ਵੀਰੋ ਮਾਧੋਪੁਰ ਦੇ ਕਬੱਡੀ ਕੱਪ ਦਾ ਜੇਤੂ ਖਿਡਾਰੀ ਇਸ ਵੇਲੇ ਗੁਰਦੀਪ ਮਾਧੋਪੁਰੀਆ ਕਹਿੰਦੇ ਵੀ ਬਹੁਤ ਤਕੜਾ ਜਫਾ ਲਾ ਕੇ ਨੰਬਰ ਜੋੜਦਾ ਹੋ ਗਿਆ ਆਪਣੀ ਟੀਮ ਦੇ ਲਈ ਦੂਸਰੇ ਪਾਸੇ ਮੈਂ ਵੇਖਦਾ ਬਈ ਅਗਲੀ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਫੜਿਆ ਗੁੱਟ ਨੌਜਵਾਨ ਨੇ ਇਹ ਹੈ ਤਿੜਵੇ ਪਿੰਡ ਦਾ ਖੁਸ਼ੀ ਜੀ ਨੂੰ ਪ੍ਰਿੰਸ ਦਾ ਖਿਤਾਬ ਦਿੱਤਾ ਮੇਰੇ ਪੰਜਾਬੀ ਵੀਰੋ ਕਿ ਵੱਡੇ ਵੱਡੇ ਧਾਵੀਆਂ ਨੂੰ ਜਿੰਦਰੇ ਲਾ ਦਿੰਦਾ ਪਰ ਅੱਜ ਦੇਖੋ ਸਾਹਮਣੇ ਹੱਥਾਂ ਦੇ ਵਿੱਚੋਂ ਨਿਕਲਦਾ ਹੋਇਆ ਬੱਲੇ 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 ਪਿੰਨੀ ਪਤਾਰ ਵਾਲਾ ਮਾਰ ਦਿਓ ਤਾੜੀਆਂ ਪਿੰਨੀ ਪਤਾਰੇ ਵਾਲੇ ਦੇ ਲਈ ਮੁੰਡੇ ਦਾ ਭਾਰ ਦੇਖੋ ਕਹਿੰਦੇ ਵੀਰ 500 ਰੁਪਇਆ ਗੁਰਮੰਗਲ ਦਾਸ ਸੋਨੀ ਵੱਲੋਂ ਪਿੰਦੀ ਦੇ ਵਾਸਤੇ ਮਾਣ ਕੀਤਾ ਗਿਆ ਇਸ ਨੌਜਵਾਨ ਦੇ ਲਈ ਜਿਹਨੇ ਬਹੁਤ ਤਕੜਾ ਇਸ ਵੇਲੇ ਅੰਕ ਪ੍ਰਾਪਤ ਕੀਤਾ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਮੈਂ ਵੇਖਦਾ ਉਧਰ ਲਓ ਸਾਹਮਣੇ ਬੱਲੇ 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 ਲੱਗ ਗਿਆ ਰੋਪੜੀਆ ਜਾਂਦਾ ਹੰਦੇ ਵੀ ਕਰੀਬ ਹੈ ਐਨ ਮੁੰਡਾ ਚੁੰਬੜਿਆ ਹੋਇਆ 440 ਵੋਲਟ ਦੇ ਕਰੰਟ ਨਾਲ ਦਰਸ਼ਕ ਵੀਰੋ ਅੰਦਾਜ਼ੇ ਤੁਹਾਡੇ ਲੱਗ ਗਏ ਕਿੰਨਾ ਸਮਾਂ ਪੁਆਇੰਟ ਹਾਂਜੀ ਕੀ ਫੈਸਲੇ ਪੁਆਇੰਟ ਕਿੱਧਰ ਹੈ ਹੂਟਰ ਪਹਿਲਾਂ ਵੱਜ ਗਿਆ ਲਓ ਖੇਡ ਮੈਦਾਨ ਦੇ ਵਿੱਚ ਚੱਲਿਆ ਕਬੱਡੀ ਪਾਉਣ ਦੇ ਲਈ ਇਸ ਵੇਲੇ ਬਾਹਰੂ ਰੁੜਕੇ ਪਿੰਡ ਦਾ ਬੋਗਾ ਮਹਿਲੀਆ ਪਿੰਡ ਦਾ ਕੋਸ਼ਿਸ਼ ਕਰਦਾ ਹੋਇਆ ਪਰ ਨਹੀਂ ਕਾਮਯਾਬ ਹੋਇਆ ਆਹ ਪੁਆਇੰਟ ਜਿਹੜਾ ਇਸ ਵੇਲੇ ਬਾਹਰੂ ਰੁੜਕੀ ਦਾ ਆਪਣੀ ਟੀਮ ਦੇ ਲਈ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਚਲੋ ਮੱਖਣ ਸਿਆਪਾ ਕਬੱਡੀ ਆਇਆ ਮੱਖੀ ਮੇਰੇ ਪੰਜਾਬੀ ਵੀਰਿਓ ਇਹਦਾ ਨਾਮ ਮੱਖੀ ਨੀ ਇਹਦਾ ਪਿੰਡ ਮੱਖੀ ਕਲਾਇਆ ਨਾਮ ਹੈ ਮੱਖਣ ਸਿੰਘ ਸੰਧੂ ਸੰਧੂ ਪਰਿਵਾਰ ਦਾ ਮੱਖੀ ਇਸ ਵੇਲੇ ਪਾਉਂਦਾ ਹੋਇਆ ਕਬੱਡੀ ਤੇ ਦੂਜੇ ਪਾਸੇ ਪਿੱਥੋਂ ਪਿੰਡ ਦਾ ਇੱਕ ਨੰਬਰ ਦਾ ਵਾਅਦਾ ਕਰਦਾ ਹੋਇਆ ਖੇਡ ਮੈਦਾਨ ਦੇ ਵਿੱਚ ਉਹ ਭਾਜੀ ਹੂਟਰ ਦੀ ਆਵਾਜ਼ ਤੇਜ਼ ਕਰ ਯਾਰ ਹੂਟਰ ਵਾਲਾ ਕਿਹੜਾ ਆ ਹੂਟਰ ਵਾਲਾ ਕਿਹੜਾ ਮੇਰੇ ਵੀਰੋ ਕਿੱਥੇ ਆ
ਉਹ ਭਾਜੀ ਆ ਹੁੱਟ ਰਿਹਾ ਕਮਾਲ ਕਰੀ ਜਾਂਦਾ ਤੂੰ ਯਾਰ ਇਹਦੂ ਤਾਂ ਸਿਟੀ ਉੱਚੀ ਵੱਜ ਪੈਂਦੀ ਆ ਜਿੱਦਾਂ ਤੇਰਾ ਹੂਟਰ ਵੱਜਦਾ ਇਹਦੀ ਆਵਾਜ਼ ਭਰਾਵਾ ਮੈਕ ਤੇ ਲਾ ਲਾ ਇਹ ਤਾਂ ਫਸਵੇਂ ਮੈਚ ਹੈ ਇੱਦਾਂ ਨਾ ਕਰ ਯਾਰ ਚਲੋ ਜੀ ਲਓ ਰੇਸ਼ਮ ਚੰਬਾ ਕਬੱਡੀ ਪਾਉਂਦਾ ਹੋਇਆ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਇੱਕ ਨੰਬਰ ਦਾ ਵਾਅਦਾ ਕਾਉਂਟ ਕਰਕੇ ਦਿਖਾਵੇਗਾ ਮੇਰੇ ਵੀਰੋ ਇਹ ਤਾਂ ਖੇਡ ਮੈਦਾਨ ਦੇ ਵਿੱਚ ਬਸ ਦੇਖਾਂਗੇ ਲਓ ਇੱਕ ਵਾਸਤੇ ਕਹਿੰਦੇ ਬਈ ਪੰਮਾ ਸੁਹਾਣਾ ਤੇ ਦੋ ਨੰਬਰ ਤੇ ਗੁਰਪ੍ਰੀਤ ਮਾਧੋਪੁਰੀਆ ਲਓ ਕੱਢੀ ਖੁੱਚ ਮੁੰਡੇ ਨੇ ਉੜਦੀ ਹੋਈ ਧੂੜ ਇਸ ਵੇਲੇ ਆਹ ਪੁਆਇੰਟ ਜਿਹੜਾ ਗੁਰਦੀਪ ਮਾਧੋਪੁਰ ਵਾਲਾ ਆਪਣੀ ਟੀਮ ਦੇ ਲਈ ਇੱਕ ਅੰਕ ਦਾ ਵਾਅਦਾ ਕਰਦਾ ਹੋਇਆ ਲਓ ਇੱਕ ਪਾਸੇ ਜੋਤੀ ਬਦੇਸ਼ਾ ਜੰਡੂ ਸਿੰਘ ਬੜਾ ਕਰਮੀ ਬਰਨਵਾਲ ਦੇ ਨਾਲ ਮੁਕਾਬਲਾ ਕਰਦਾ ਹੋਇਆ ਵਾਹ ਬਹੁਤ ਤਕੜਾ ਪੁਆਇੰਟ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਭਾਈ ਸਾਧੂ ਸਿੰਘ ਕਬੱਡੀ ਕਲੱਬ ਰੁੜਕਾ ਗੁਰਮੰਗਲ ਦਾਸ ਟੋਨੀ ਜੋ ਪ੍ਰਧਾਨ ਨੇ ਭਾਈ ਸਾਧੂ ਸਿੰਘ ਕਬੱਡੀ ਕਲੱਬ ਰੁੜਕਾ ਕਲਾ ਦੇ ਕਹਿੰਦੇ ਬਈ ਜਾਫੀ ਜਿੰਨੇ ਵੀ ਜਫੇ ਲਾਉਣਗੇ ਹਰ ਇੱਕ ਜਫੇ ਦੇ 500 ਹੋਵੇਗਾ ਲਓ ਉਧਰ 500 ਦੀ ਗੱਲ ਤੇ ਕਰ ਦਿੱਤਾ ਇਕੱਠਾ ਮੇਰੇ ਵੀਰੋ ਇਹਨੂੰ ਕਹਿੰਦੇ ਆ ਮਝੈਲਾਂ ਵਾਲੀ ਗੱਲ ਮਝੈਲ ਤਾਂ ਕਹਿੰਦੇ ਵੀ 500 ਥੱਲੇ ਬੰਦਾ ਉੱਪਰ ਹੀ ਚਾੜ ਦਿੰਦੇ ਇਹਨੇ ਤਾਂ ਥੱਲੇ ਰੱਖ ਲਿਆ ਆਹ ਵੇਖੋ ਸਾਹਮਣੇ ਕੱਸਿਆ ਸ਼ਿਕੰਜਾ ਕਿ ਆਈ ਸ਼ਿਕੰਜੇ ਵਿੱਚ ਜਾਨ ਕਿ ਸੱਸ ਚੰਦਰੀ ਘਰੇ ਨਾ ਅੱਜ ਮੇਰੀ ਜਾਈ ਮਿੱਤਰਾ ਏਦਾਂ ਹੁਟਰ ਬੋਲਣਾ ਚਾਹੀਦਾ ਮੇਰੇ ਵੀਰੋ ਏਦਾਂ ਹੁਟਰ ਬੋਲਣਾ ਚਾਹੀਦਾ ਖੇਡ ਮੈਦਾਨ ਦੇ ਵਿੱਚ ਵਾਹ ਜੀ ਵਾਹ ਇੱਕ ਬਾਤੇ ਸਤੂ ਖਜੂਰ ਸਾਹਿਬ ਪਿੰਡ ਦਾ ਐਵੇਂ ਨੀ ਮੰਗੀ ਨੇ ਚੁਣਿਆ ਸਤੂ ਨੂੰ ਬਈ ਸਤੂ ਸਿਆ ਤੈਂ ਜੱਫੇ ਲਾਉਣੇ ਆ ਨਕੂਦਰ ਦੀ ਟੀਮ ਦੇ ਲਈ ਤੇ ਇੱਧਰ ਪਿੰਨੀ ਮੇਰੇ ਵੀਰੋ ਕਹਿੰਦਾ ਮੈਂ ਵੀ ਜੀਦਾਰੀ ਦੇ ਨਾਲ ਕਬੱਡੀ ਖੇਡਣੀ ਹੈ ਐਨ ਡੀ ਦੇ ਉੱਤੇ ਆਣ ਕੇ ਮੁਕਾਬਲਾ ਹੋਇਆ ਤੇ ਪੁਆਇੰਟ ਜਿਹੜਾ ਇਸ ਵੇਲੇ ਆ ਸਤੂ ਖਡੂਰ ਸਾਹਿਬ ਦੇ ਹਿੱਸੇ ਤੇ ਬਈ ਆਪਾਂ ਅੰਕਾਂ ਦਾ ਵੇਰਵਾ ਸਾਂਝਾ ਕਰਨਾ ਆ ਪਰ ਦਰਸ਼ਕ ਵੀਰਿਓ ਇੱਕ ਵਾਰੀ ਉਹੀ ਗੱਲ ਵੀ ਨਜ਼ਾਰਾ ਆ ਗਿਆ ਤੇ ਤਾੜੀਆਂ ਮਾਰ ਦਿਓ ਮੈਂ ਚੀਕਾਂ ਨਹੀਂ ਮਰਵਾਉਣੀਆਂ ਕਿਸੇ ਕੋਲੋਂ ਮੈਂ ਸਿਰਫ ਤਾੜੀਆਂ ਮਰਵਾਉਣੀਆਂ ਕਿਉਂਕਿ ਸੱਭਿਆਚਾਰ ਦੀ ਨਿਸ਼ਾਨੀ ਆ ਤਾੜੀਆਂ ਤੁਸੀਂ ਇੱਕ ਵਾਰੀ ਜ਼ੋਰਦਾਰ ਤਾੜੀਆਂ ਮਾਰ ਕੇ ਦੱਸਿਓ ਮੈਚ ਦਾ ਨਜ਼ਾਰਾ ਆਇਆ ਕਿ ਨਹੀਂ ਆਇਆ ਮੋਹਨ ਸਿੰਘ ਜੀ ਢਿੱਲੋਂ ਸਾਹਿਬ ਖੁੱਲ ਕੇ ਮਾਰੋ ਤਾੜੀਆਂ ਜਰੀਕ ਤੇ ਅੰਕਾਂ ਦਾ ਵੇਰਵਾ ਕਿੰਨਾ ਰਾਮਪਾਲ ਸਿਆ ਤੂੰ ਦੱਸ ਜਰੀਕ ਬੱਚੋ ਵਾਲੀ ਉਹ ਖੁਸ਼ ਹੈ ਸੰਤੋਖ ਢੇਸੀ ਜੀ ਕਿੱਥੇ ਹੈ ਆਉਂਦੇ ਆ ਵੈਸਟਰਨ ਯੂਨੀਅਨ ਤੋਂ ਲੱਗਦਾ ਕਰੰਸੀ ਚੇਂਜ ਕਰਾਉਂਦੇ ਆ ਲਓ ਬਈ ਦਰਸ਼ਕ ਵੀਰਿਓ ਐਨ ਆਰ ਆਈ ਦਸ਼ਮੇਸ਼ ਨਕੋਦਰ ਦੇ 14 ਨੰਬਰ ਸਾਢੇ 14 ਨੰਬਰ ਐਨ ਆਰ ਆਈ ਦਸ਼ਮੇਸ਼ ਨਕੋਦਰ ਦੇ 14.5 ਭਾਈ ਸਾਧੂ ਸਿੰਘ ਕਬੱਡੀ ਕਲੱਬ ਰੁੜਕਾ ਦੇ 18 ਨੰਬਰ ਵਾਹ ਨਹੀਂ ਹੋ ਰਹੀ ਸੈ ਹਾਫ ਸਮੇਂ ਤੋਂ ਬਾਅਦ ਮੁਕਾਬਲਾ ਤੇਜ਼ ਹੋ ਗਿਆ ਮੇਰੇ ਪੰਜਾਬੀ ਵੀਰਿਓ ਬੱਲੇ ਬੱਲੇ ਹੋ ਗਏ ਸੰਤੋਖ ਢੇਸੀ ਜੀ ਨੂੰ ਜਲਦੀ ਸੱਦ ਲਓ ਇੱਕ ਇੱਕ ਜਫੇ ਦਾ 500 ਰੁਪਇਆ ਲੱਗੂਗਾ ਅੱਜ ਗੁਰਮੰਗਲ ਦਾਸ ਟੋਨੀ ਜੀ ਕਹਿੰਦੇ ਵੀ ਇੱਕ ਇੱਕ ਜਫਾ 500 ਦਾ ਹੋਵੇਗਾ ਜਿੰਨੇ ਭਾਈ ਸਾਧੂ ਸਿੰਘ ਕਬੱਡੀ ਕਲੱਬ ਰੁੜਕੇ ਦੇ ਜਫੇ ਲਾਉਣਗੇ ਤੇ ਉਧਰ ਦੇ ਪਾਸੇ ਦਸ਼ਮੇਸ਼ ਕਬੱਡੀ ਕਲੱਬ ਨਕੋਦਰ ਦਸ਼ਮੇਸ਼ ਖਾਨ ਵਾਲੀਆ ਕਹਿੰਦਾ ਲਾਓ ਜਫੇ ਤਕੜੇ ਹੋ ਕੇ ਮੁੰਡਿਓ ਬਹੁਤ
ਦੁਆਬਾ ਵਾਰੀਅਰਸ ਕਬੱਡੀ ਕਲੱਬ ਸੁਰਖਪੁਰ ਵਰਸਜ ਗੁਰੂ ਨਾਨਕ ਕਬੱਡੀ ਕਲੱਬ ਨਕੋਦਰ ਜਲਦੀ ਤੋਂ ਜਲਦੀ ਇਹ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆਉਣ ਕਿਉਂਕਿ ਕੁਝ ਸਮਾਂ ਬਾਕੀ ਹੈ ਇਸ ਚੱਲਦੇ ਹੋਏ ਮੈਚ ਦੀ ਤੇ ਇਹਦੇ ਪਾਸੇ ਨਾਰੇ ਦੀ ਪਾਈ ਹੋਈ ਕਬੱਡੀ ਤੇ ਗੇਂਦਾ ਰੁੜਕੇ ਵਾਲਾ ਇਸ ਵੇਲੇ ਐਨ ਹੰਧਿਆਂ ਦੇ ਕੋਲ ਆਣ ਕੇ ਕੋਸ਼ਿਸ਼ ਕਰਦਾ ਹੋਇਆ ਪਰ ਕਾਮਯਾਬ ਨਹੀਂ ਹੋਇਆ ਤੇ ਆਹ ਨੰਬਰ ਜਿਹੜਾ ਖੇਡ ਮੈਦਾਨ ਦੇ ਵਿੱਚ ਲੈ ਵੀ ਪ੍ਰਦੀਪ ਸਿਆਂ ਇਹੋ ਜਿਹੇ ਮੁਕਾਬਲੇ ਬਹੁਤ ਘੱਟ ਦੇਖਣ ਨੂੰ ਮਿਲਦੇ ਆ ਮਾਲਵੇ ਦੇ ਵਿੱਚ ਤਾਂ ਮੈਚ ਬਹੁਤ ਹੁੰਦੇ ਆ ਪਰ ਦੁਆਬੇ ਦੇ ਵਿੱਚ ਜਦੋਂ ਮੈਚ ਹੁੰਦੇ ਆ ਤੇ ਲੋਕੀ ਪਾਪਾ ਭਾਰ ਹੋ ਕੇ ਤੱਕਦੇ ਆ ਭਾਵੇਂ ਥੋੜੇ ਹੀ ਹੋਣ ਤੱਕਦੇ ਜ਼ਰੂਰ ਹੈ ਬਹੁਤ ਬਹੁਤ ਤਕੜੇ ਮੁਕਾਬਲੇ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਚਾਲੋ ਮੱਖਣ ਸਿਆਂ ਇੱਕ ਪਾਸੇ ਅਮਨ ਸੁਹਾਣੇ ਵਾਲਾ ਦੂਜੇ ਪਾਸੇ ਮੱਖਣ ਮੱਕੀ ਆਹ ਦੇਖੋ ਖੜ ਗਿਆ ਐਨ ਲੱਗ ਆ ਕੇ ਕੋਈ ਗੱਲ ਨੀ ਬਈ ਮਾੜੀ ਮੋਟੀ ਕਿੰਤੂ ਪਰੰਤੂ ਹੁੰਦੀ ਰਹਿੰਦੀ ਹੈ ਏਦਾਂ ਦੀ ਗੱਲ ਨੀ ਤੇ ਦੂਸਰੇ ਪਾਸੇ ਜੋਤੀ ਵਿਦੇਸ਼ਾ ਆਇਆ ਜੰਡੂ ਸਿੰਘੇ ਦੀ ਧਰਤੀ ਦਾ ਜਿੱਥੋਂ ਦਾ ਕਹਿੰਦੇ ਬਲਰਾਜ ਜੰਡੂ ਸਿੰਘੇ ਵਾਲਾ ਪ੍ਰਸਿੱਧ ਖੇਡ ਪ੍ਰਮੋਟਰ ਹੈ ਦੁਨੀਆਂ ਦੇ ਮੰਨੇ ਪ੍ਰਮੰਨੇ ਖਿਡਾਰੀਆਂ ਦੇ ਵਿੱਚ ਨਾਮ ਹੈ ਗੱਭਰੂ ਦਾ ਤੇ ਆਹ ਦੇਖੋ ਸਾਹਮਣੇ ਕਰਮੀ ਬਰਡਵਾਲ ਨੇ ਕਹਿੰਦੇ ਵੀ ਇੱਕ ਜ਼ੋਰ ਦੇ ਨਾਲ ਕਿ ਜੇ ਛਾਤੀ ਵਿੱਚ ਦਮ ਹੋਵੇ ਲੋਕੀ ਤਾਂ ਪੁੱਛਦੇ ਸਰਨਾਮਾ ਹਰਜੀਤ ਵਿਰਾਟ ਜਹੇ ਬਿਰਲੇ ਪੁੱਤ ਜੰਮਦੀਆਂ ਮਾਵਾਂ ਚੱਲ ਬਈ ਰੇਸ਼ਮ ਸਿਆ ਪਾ ਕਬੱਡੀ ਲਓ ਚਾਰ ਖਿਡਾਰੀਆਂ ਤੇ ਕਬੱਡੀ ਪਾਉਣ ਦੇ ਲਈ ਰੇਸ਼ਮ ਅੱਗੇ ਨੂੰ ਵਧਿਆ ਹੋਇਆ ਚੱਲ ਬਈ ਲਓ ਜੀ ਪਿੰਨੀ ਪਤਾਰੇ ਵਾਲਾ ਇਹ ਆ ਪਿੰਨੀ ਮੇਰੇ ਵੀਰੋ ਪਤਾਰੇ ਵਾਲਾ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧੀਆ ਹੋਇਆ ਇੱਕ ਪਾਸੇ ਖਡੂਰ ਸਾਹਿਬ ਜਾਂ ਸੱਤੂ ਦੂਜੇ ਪਾਸੇ ਕਰਮੀ ਤੇ ਆ ਮੇਰੇ ਵੀਰੋ ਖੁਸ਼ੀ ਦਿੜਵੇ ਵਾਲਾ ਪ੍ਰਿੰਸ ਕਹਿੰਦੇ ਦੁਨੀਆਂ ਦੇ ਵਿੱਚ ਇਸ ਨੌਜਵਾਨ ਨੂੰ ਵੱਡੇ ਵੱਡੇ ਖਿਡਾਰੀਆਂ ਨੂੰ ਡੱਕਣ ਦੀ ਸਮਰੱਥਾ ਪਰ ਪਿੰਨੀ ਕਹਿੰਦਾ ਮੈਂ ਤੇਜ ਫੜਿਆ ਗੁੱਟ ਨਿਕਲਿਆ ਹੱਥਾਂ ਦੇ ਵਿੱਚੋਂ ਪੁਆਇੰਟ ਜਿਹੜਾ ਇਸ ਵੇਲੇ ਭਾਈ ਸਾਧੂ ਸਿੰਘ ਕਬੱਡੀ ਕਲੱਬ ਰੁੜਕੇ ਦੀ ਟੀਮ ਦੇ ਹਿੱਸੇ ਜੁੜਦਾ ਹੋਇਆ ਇੱਕ ਨੰਬਰ ਦਾ ਹੋਰ ਵਾਧਾ ਹੋ ਗਿਆ ਚੱਲਦੇ ਹੋਏ ਮੈਚ ਦੇ ਵਿੱਚ ਚਾਲੋ ਨੌਜਵਾਨਾਂ ਪਾ ਕਬੱਡੀ ਖੇਡ ਮੈਦਾਨ ਦੇ ਵਿੱਚ ਚਾਰ ਜਾਫੀ ਉਡੀਕਦੇ ਆ ਇੱਕ ਦੋ ਤਿੰਨ ਅਸੀਂ ਚਾਰ ਨੇ ਭਰਾ ਜਿਹੜਾ ਚੰਗਾ ਲੱਗਦਾ ਤੂੰ ਉਹਨੂੰ ਹੱਥ ਲਾ ਹੁਣ ਕਿਹਨੂੰ ਹੱਥ ਲਾਵੇਗਾ ਲੈ ਵੀ ਸ਼ੀਰਾ ਸਿਆ ਕਹਿੰਦੇ ਵੀ 1000 ਰੁਪਇਆ ਤੇਰੇ ਜਫੇ ਦਾ ਆ ਗੁਰਮੰਗਲ ਦਾਸ ਟੋਨੀ ਵੱਲੋਂ ਜੇ ਪਿੱਤੋਂ ਵਾਲਾ ਸ਼ੀਰਾ ਜਫਾ ਲਾਵੇਗਾ ਲੈ ਸ਼ੀਰੇ ਨੇ ਵੀ ਧਰ ਲਿਆ ਹੱਥ 1000 1000 1000 1000 1000 ਦਾ ਨੋਟ ਗਾਂਧੀ ਵਾਲਾ ਪਿੱਤੋਂ ਵਾਲੇ ਸ਼ੀਰੇ ਦੇ ਲਈ ਮੇਰੇ ਵੀਰੇ ਗੁਰਮੰਗਲ ਦਾਸ ਟੋਨੀ USA ਕਹਿੰਦੇ ਵੀ ਪ੍ਰਧਾਨ ਹੈ ਮੰਗਲ ਗੁਰਮੰਗਲ ਦਾਸ ਟੋਨੀ ਚਾਹੇ ਸੋਨੀ ਦੀ ਗੱਲ ਕਰੀਏ ਵੱਡੇ ਮਾਣ ਨੇ ਭਾਈ ਸਾਧੂ ਸਿੰਘ ਜੀ ਦੀ ਅਪਾਰ ਕਿਰਪਾ ਆ ਤੇ ਦੂਜੇ ਪਾਸੇ ਲਓ ਬਾਰੂ ਆ ਰੁੜਕੀ ਵਾਲਾ ਸੋਹਣ ਦਾ ਚਹੇਤਾ ਖਿਡਾਰੀ ਅੱਜ ਸੋਹਣ ਖੇਡਦਾ ਹੁੰਦਾ ਤੇ ਬਾਰੂ ਦਾ ਹੌਸਲਾ ਦੁੱਗਣਾ ਹੋਣਾ ਸੀ ਕਿਉਂਕਿ ਇਹ ਜਿਹੜੀ ਜੋੜੀ ਹੈ ਪ੍ਰਸਿੱਧ ਜੋੜੀ ਹੈ ਇੱਕ ਜੱਫੇ ਲਾਉਂਦਾ ਦੂਜਾ ਕਬੱਡੀਆਂ ਪਾਉਂਦਾ ਸੋਹਣ ਦੀ ਗੱਲ ਵੱਖਰੀ ਹੈ ਤੇ ਦੁਨੀਆਂ ਜਾਣਦੀ ਹੈ ਸੋਹਣ ਨੂੰ ਬਈ ਜਦੋਂ ਖੇਡਦਾ ਤੇ ਬੱਲੇ ਬੱਲੇ ਹੋ ਜਾਂਦੀ ਹੈ ਕਾਕੋ ਸਿਆ ਆ ਵੇਖ ਜਿਹੜੇ ਪੈਂਦੇ ਪਟਾਕੇ ਚਾਲੋ ਗੱਭਰੂ ਉਤਾਰਿਆ ਪਾ ਕਬੱਡੀ ਤੇ ਸਾਹਮਣੇ ਚਾਰ ਗੱਭਰੂ ਜਿਹੜੇ ਲਟੈਣਾ ਵਰਗੇ ਆ ਵਾਹ ਜੀ ਵਾਹ ਗੱਲੇ ਬਣ ਗਈ ਚਾਲੋ ਚੰਬਿਆ ਆਇਆ ਰੇਸ਼ਮ ਚੰਬੇ ਵਾਲਾ ਮਾਧੋਪੁਰੀਏ ਗੁਰਦੀਪ ਨੂੰ ਮੋਟਰਸਾਈਕਲ ਦਿੱਤਾ ਕਿਹੜੀ ਮਹਾਂ ਸਿੰਘ ਦੀ ਧਰਤੀ ਤੇ ਇੱਕ ਪਾਸੇ ਕਹਿੰਦੇ ਵੀ ਬਿੱਟੂ ਪੁਰ ਹੀਰਾ ਵਾਲਾ ਲੈ ਵੀ ਬਿੱਟੂ ਸਿਆ ਇਹ ਆ ਰੇਸ਼ਮ ਚੰਬੇ ਵਾਲਾ ਕਹਿੰਦੇ ਵੀ ਚੰਬਾ ਬਿਹਤਰੀਨ ਖਿਡਾਰੀਆਂ ਦਾ ਨਗਰ ਹੈ ਤੇ ਬਿੱਟੂ ਤੇ ਤੂੰ ਜਫਾ ਲਾ ਦਿੱਤਾ ਵੱਡੇ ਮਾਇਆ ਦੇ ਗੱਫੇ ਕਹਿੰਦਾ ਕਹਿੰਦਾ ਮੇਰੇ ਵੱਲੋਂ ਹੋਣਗੇ ਪਰ ਕਾਮਯਾਬੀ ਨਹੀਂ ਪ੍ਰਾਪਤ ਕਰ ਸਕਿਆ ਕਿ ਪੈਂਦੇ ਸੱਪ ਦੀ ਸਰੀ ਤੋਂ ਨੋਟ ਚੱਕਣੀ ਇੰਨੀ ਨੀ ਸੌਖੀ ਕਬੱਡੀ ਖੇਡਣੀ ਅੱਜ ਕਹਿੰਦੇ ਵੀ ਕਬੱਡੀ ਦੇ ਵਿੱਚ ਨੋਟਾਂ ਦੀ ਵਰਖਾ ਹੋਈ ਪਈ ਹੈ ਦੁਨੀਆਂ ਦੇ ਵਿੱਚ ਕਹਿੰਦੇ ਬਈ ਐਨ ਖਿਡਾਰੀ ਕਹਿੰਦੇ ਵੀ ਨੋਟਾਂ ਦੇ ਨਾਲ ਝੂਮਦੇ ਆ ਤੇ ਲਓ ਉਧਰ ਸੱਤੂ ਖਡੂਰ ਸਾਹਿਬ ਵਾਲਾ ਐਨ ਹੰਧਿਆਂ ਦੇ ਕੋਲ ਇਸ ਵੇਲੇ ਜੰਗ ਛਿੜੀ ਹੋਈ ਹੈ ਇਹ ਵੀ ਖੇਡ ਮੈਦਾਨ ਦੇ ਵਿੱਚ ਕੈਂਚੀ ਲੰਘੀ ਹੋਈ ਹੈ ਆ ਗਿਆ ਨਾਲੇ ਖੁਸ਼ ਹੋ ਗਿਆ ਵੀ ਮੈਂ ਹੱਥੋਂ ਨਿਕਲ ਗਿਆ
ਬਾਬਾ ਦੁਆਬਾ ਸਪੋਰਟਸ ਦੁਆਬਾ ਵਾਰੀਅਰਸ ਕਬੱਡੀ ਕਲੱਬ ਰੁੜਕੇ ਦੀ ਟੀਮ ਅਤੇ ਦੂਜੇ ਪਾਸੇ ਜਲਦੀ ਤੋਂ ਜਲਦੀ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ ਗੁਰੂ ਨਾਨਕ ਕਬੱਡੀ ਕਲੱਬ ਨਕੋਦਰ। ਲੈ ਵੀ ਪਿੱਠੋਂ ਵਾਲਿਆ ਪਹਿਲਾਂ 1100 ਸੀ ਹੁਣ 2100 ਹੋ ਜਾਣਾ। ਇਧਰ ਜੱਟ ਸਵਾਣੇ ਵਾਲਾ ਕਹਿੰਦਾ ਵੀ ਮੈਂ ਕਰਦਾ 2 ਹੱਥ ਪਰ ਪੁਆਇੰਟ ਜਿਹੜਾ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਗੱਭਰੂ ਆਪਣੀ ਟੀਮ ਨਕੋਦਰ ਦੇ ਲਈ ਜੋੜਦਾ ਹੋਇਆ। ਚਾਲੋ ਬਾਰੂ ਬਾਰੂ ਦੇ ਲਈ 1000 ਰੁਪਇਆ ਹੋਵੇਗਾ ਜੇ ਕਬੱਡੀ ਮੋੜੇਗਾ। ਬਾਰੂ ਰੁੜਕੀ ਵਾਲਾ ਅਮਗੁਰ ਮੰਗਲ ਦਾ ਸੋਨੀ ਵੱਲੋਂ 1000 ਹੋਵੇਗਾ ਜੇ ਕਹਿੰਦੇ ਵੀ ਕਬੱਡੀ ਇਹ ਵਾਪਸ ਮੋੜ ਕੇ ਲਿਆਵੇਗਾ। ਹੁਣ ਦੇਖਾਂਗੇ ਉਧਰ ਵੀ ਮੇਰੇ ਵੀਰੋ ਕਰਮੀ ਹੈ ਇਹ ਵੀ ਦੁਨੀਆਂ ਦੇ ਮਹਾਨ ਖਿਡਾਰੀਆਂ ਦੇ ਵਿੱਚ ਨਾਮ ਹੈ ਤੇ ਆਹ ਪੁਆਇੰਟ ਇਹ ਜਿਹੜਾ ਪੁਆਇੰਟ ਇਸ ਵੇਲੇ ਖੇਡ ਮੈਦਾਨ ਦੇ ਵਿੱਚ ਰੁੜਕਾ ਕਲਾਂ ਦੀ ਟੀਮ ਦੇ ਲਈ ਹੈ। ਅਗਲੀ ਕਬੱਡੀ ਮੱਖਣ ਸਿੰਘ ਮੱਖੀ ਦੀ ਮੱਖੀ ਦੁਨੀਆਂ ਦੇ ਮਹਾਨ ਧਾਵੀ ਦੇ ਵਿੱਚ ਨਾਮ ਟੋਰਾਂਟੋ ਦੇ ਵਰਲਡ ਕੱਪ ਵਿੱਚ ਖੇਡਿਆ ਇੰਗਲੈਂਡ ਦੇ ਲੰਡਨ ਦੇ ਵਿੱਚ ਖੇਡਿਆ ਤੇ ਅੱਜ ਕਹਿੰਦੇ ਰੁੜਕਾ ਕਲਾਂ ਦੀ ਧਰਤੀ ਤੇ ਖੇਡਦਾ ਤੇ ਆਹ ਨੰਬਰ ਜਿਹੜਾ ਖੇਡ ਮੈਦਾਨ ਦੇ ਵਿੱਚ ਮੱਖਣ ਸਿੰਘ ਮੱਖੀ ਮੱਖੀ ਕਲਾਂ ਦਾ ਆਪਣੀ ਟੀਮ ਦੇ ਲਈ 1 ਨੰਬਰ ਦਾ ਵਾਅਦਾ ਕਰਦਾ ਹੋਇਆ ਚੱਲ ਪਈ ਦਾਰਾ ਪਾ ਕਬੱਡੀ ਦਾਰੇ ਦੀ ਪਾਈ ਹੋਈ ਕਬੱਡੀ ਉੱਤੇ। ਹੁਣ ਦੇਖਦੇ ਵੀ ਕਿਹੜਾ ਨੌਜਵਾਨ 2 ਹੱਥ ਕਰਦਾ ਕਿ ਮੈਚ ਫਸਮਾ ਜਦੂ ਹੋਵੇ ਚੱਲਦਾ ਮੱਖਣ ਮੱਕੀ 2-2 ਕੌਡੀਆਂ ਪਾ ਦਿੰਦਾ ਰੇੜ ਪਾ ਕੇ ਜਾਫੀਆਂ ਨੂੰ ਵਿੱਚ ਖੜਦਾ ਜੱਫੇ ਲਾ ਕੇ ਵੀ ਫਿਰ ਇਹ ਦਿਖਾ ਦਿੰਦਾ ਮੱਖੀ ਕਲਾਂ ਦਾ ਇਹ ਗੱਭਰੂ ਧੰਨ ਧੰਨ ਦਰਸ਼ਕਾਂ ਦੇ ਵਿੱਚ ਕਰਾ ਦਿੰਦਾ ਕਿ ਧੰਨ ਧੰਨ ਦਰਸ਼ਕਾਂ ਦੇ ਵਿੱਚ ਇਹ ਕਰਾ ਦਿੰਦਾ। ਮੈਚ ਦਾ ਸਮਾਂ ਸਮਾਪਤ ਹੋ ਗਿਆ ਇਸ ਮੈਚ ਦੇ ਵਿੱਚ ਨਕੋਦਰ ਦੀ ਟੀਮ ਜੇਤੂ ਰਹੀ ਹੈ ਜਾਂ ਰੁੜਕਾ ਕਲਾਂ ਦੀ ਟੀਮ ਜੇਤੂ ਰਹੀ ਹੈ ਇਹ ਅੰਕਾਂ ਦਾ ਵੇਰਵਾ ਆਪਾਂ ਸਾਂਝਾ ਕਰਾਂਗੇ ਵੀ ਕਿਹੜੀ ਟੀਮ ਇਸ ਮੁਕਾਬਲੇ ਦੇ ਵਿੱਚੋਂ ਜਿੱਤ ਕੇ ਅਗਲੇ ਸੈਮੀਫਾਈਨਲ ਦੇ ਵਿੱਚ ਪੁੱਜ ਗਈ ਹੈ। ਭਾਜੀ ਦੁਆਬਾ ਵਾਰੀਅਰਸ ਕਬੱਡੀ ਕਲੱਬ ਹਾਂਜੀ ਵਾਟਰ ਬ੍ਰੇਕ ਆ ਅਜੇ ਮੈਚ ਨਹੀਂ ਖਤਮ ਹੋਇਆ ਕਮਾਲ ਕਰੀ ਜਾਂਦੇ ਤੁਸੀਂ ਯਾਰ। ਫਾਈਨਲ ਸਮੇਂ ਤੱਕ ਆਪਾਂ ਗੱਲ ਕੀਤੀ ਵੀ ਕਿਹੜੀ ਟੀਮ ਜੇਤੂ ਰਹੂਗੀ ਹਜੇ ਵਾਟਰ ਬ੍ਰੇਕ ਹੋਈ ਆ ਹਜੇ ਤਾਂ ਮੈਚ ਚੱਲਣਾ ਮੈਚ ਆਖਰੀ ਪਲਾਂ ਤੇ ਪੂਰੀ ਗਰਮੀ ਦੇ ਵਿੱਚ ਆਉਣਾ ਫਿਕਰ ਨਾ ਕਰੋ ਚੰਬਾ ਚੱਲਿਆ ਕਬੱਡੀ ਪਾਉਣ ਦੇ ਲਈ ਇਸ ਵੇਲੇ ਚੰਬਾ ਰੇਸ਼ਮ ਲਾਓ ਸਾਹਮਣੇ ਲਾਈ ਹੱਥਾਂ ਨੂੰ ਕਲੀ ਕਹਿੰਦਾ ਕਰੀ ਪਰਮਾਤਮਾ ਕਲ ਭਲੀ ਕਿ ਜਿੰਦ ਹੁਣ ਵਿਰੋਧੀਆਂ ਦੇ ਵਿਹੜੇ ਚਲੀ ਵਿਰੋਧੀਆਂ ਦੇ ਵਿਹੜੇ 4 ਜਾਫੀ ਹੈ ਇੱਕ ਵਾਸਤੇ ਮੇਰੇ ਵੀਰੋ ਗੁਰਦੀਪ ਹੈ ਨਾਲ ਸ਼ੀਰਾ ਪਿੱਥੋਂ ਜੱਟ ਹੈ ਨਾਲ ਕਹਿੰਦੇ ਵੀ ਕਿੰਦਰ ਸਿੰਘ ਚੌਹਾਨ ਦਾ ਪੁੱਤਰ ਸ਼ੀਰਾ ਤੇ ਉਹਦੇ ਨਾਲ ਬਿੱਟੂ ਹੈ ਪੁਰ ਹੀਰਾ ਵਾਲਾ ਤੇ ਆਹ ਨੰਬਰ ਜਿਹੜਾ ਖੇਡ ਮੈਦਾਨ ਦੇ ਵਿੱਚ ਚੰਬਾ ਨਗਰ ਦਾ ਖੇਡ ਮੈਦਾਨ ਦੇ ਵਿੱਚ ਰੇਸ਼ਮ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਚੱਲ ਬਈ ਬਾਰੂ ਸਿਆ ਪਾ ਕਬੱਡੀ ਵੇਲਣਿਆਂ ਵਰਗੇ ਪੱਟ ਮੁੰਡੇ ਦੇ ਚੱਕੀ ਦੇ ਪੁੜਾਂ ਵਰਗੀ ਛਾਤੀ ਤੇ ਆਇਆ ਗੁਰੂ ਪੀਰ ਨੂੰ ਚੱਲਿਆ ਹਵਾ ਨੂੰ ਦਿੰਦਾ ਹੋਇਆ ਕੰਡਾ ਆਹ ਵੇਖੋ ਕਰਮੀ ਕੋਸ਼ਿਸ਼ ਕਰਦਾ ਹੋਇਆ ਰੱਖਿਆ ਹੋਇਆ ਧੌਣ ਤੇ ਹੱਥ ਉੱਡੇ ਹੋਏ ਇਸ ਵੇਲੇ ਪਸੀਨੇ ਤੇ ਆਹ ਦੇਖੋ ਕਰ ਦਿੱਤਾ ਇਕੱਠਾ ਨੌਜਵਾਨ ਨੇ ਕਿ ਮਾਰ ਸੋਹਣਿਆ ਕੈਂਚੀ ਰੇਡਰ ਸੁੱਕਾ ਜਾ ਵੀਰਾ ਤੇ ਆਹ ਨੰਬਰ ਇਸ ਵੇਲੇ ਨਕੋਦਰ ਦੀ ਟੀਮ ਦੇ ਲਈ ਜੁੜਦਾ ਹੋਇਆ 1 ਨੰਬਰ ਦਾ ਵਾਧਾ ਹੋ ਗਿਆ ਖੇਡ ਮੈਦਾਨ ਦੇ ਵਿੱਚ। ਅਗਲੀ ਕਬੱਡੀ ਮੈਂ ਵੇਖਦਾ ਵੀ ਇਧਰ ਪੈ ਗਈ ਹੈ ਉਧਰ ਗੁਰੂ ਨਾਨਕ ਕਬੱਡੀ ਕਲੱਬ ਨਕੋਦਰ ਦੀ ਟੀਮ ਆ ਗਈ ਹੈ ਤੇ ਨਾਲ ਇਧਰ ਵਾਹ ਵੀ ਵਾਹ ਆ ਵੇਖ ਪ੍ਰਦੀਪ ਦੇ ਖਿੱਚ ਕੈਮਰੇ ਨੇ ਆਹ ਫੋਟੋ ਇਸ ਵੇਲੇ ਨੂੜਿਆ ਪਿਆ ਰੇਡਰ ਮੱਖੀ ਤੇ ਆਹ ਪੁਆਇੰਟ ਜਿਹੜਾ ਖੇਡ ਮੈਦਾਨ ਦੇ ਵਿੱਚ ਭਾਈ ਸਾਧੂ ਸਿੰਘ ਕਬੱਡੀ ਕਲੱਬ ਰੁੜਕੇ ਦੀ ਟੀਮ ਦੇ ਰਹੀ। ਅਗਲੀ ਕਬੱਡੀ ਦਾਰੇ ਦੀ ਦਾਰਾ ਐਨ ਕਹਿੰਦੇ ਵੀ ਗਰਮੋ ਗਰਮੀ ਹੋਇਆ ਪਿਆ ਮੁੜਕੋ ਮੁੜਕੀ ਹੋਇਆ ਪਿਆ ਕਹਿੰਦੇ ਕਹਿੰਦੇ ਵੀ ਧਰਮ ਚੈੱਕ ਵਾਲਾ ਦਾਰਾ ਬੱਲੇ ਬੱਲੇ ਲਾਓ ਸੱਤੂ ਖਡੂਰ ਸਾਹਿਬ ਵਾਲਾ ਇਸ ਵੇਲੇ ਹੰਧਿਆਂ ਦੇ ਕੋਲ ਕੋਸ਼ਿਸ਼ ਕੀਤੀ ਤੇ ਨਹੀਂ ਹੋਇਆ ਕਾਮਯਾਬ। ਹਾਂਜੀ ਜਿਹੜੇ ਨੌਜਵਾਨ ਨੇ ਮੱਖੀ ਨੂੰ ਜੱਫਾ ਲਾਇਆ ਉਸ ਨੂੰ ਅਮਰਜੀਤ ਹੇਰ ਵੱਲੋਂ 1000 ਰੁਪਇਆ ਇਨਾਮ ਧੰਨਵਾਦ ਧੰਨਵਾਦ। ਹਾਂਜੀ ਜੰਗ ਆ ਦੇਖਿਓ ਜੀ ਦੇਖਿਓ ਜੀ ਦੇਖਿਓ ਜੀ ਦੇਖਿਓ ਜੀ ਜੰਗ ਸਿੰਘ ਜੀ ਅਕਲਪੁਰ 500 ਰੁਪਇਆ ਦੇ ਕੇ ਗਏ ਆਪਾਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ।
ਭਾਜੀ ਜਿਹੜੇ ਬਈ ਵਾਧੂ ਕੋਚ ਆ ਪਲੀਜ਼ ਬਾਹਰ ਜਾਓ ਪਹਿਲਾਂ ਤਾਂ ਨਹੀਂ ਤਾਂ ਜੁਰਮਾਨਾ ਬੋਲ ਦੇਣਾ ਅਸੀਂ ਭਾਵੇਂ ਆਖਰੀ ਮਿੰਟ ਆ ਇੱਕ ਇੱਕ ਕੋਚ ਦੇ 10 ਖਿਡਾਰੀ ਹੋਣੇ ਚਾਹੀਦੇ ਆ ਹਾਂ ਪਹਿਲਾਂ ਨੋਟ ਕਰ ਲਓ ਜਿਹੜੇ ਵਾਧੂ ਕੋਚ ਆ ਪਲੀਜ਼ ਬਾਹਰ ਜਾਓ ਯੰਗ ਸਿੰਘ ਜੀ ਅਕਲਪੁਰ ਬਹੁਤ ਬਹੁਤ ਧੰਨਵਾਦ ਹਾਂਜੀ ਹਾਂਜੀ ਮੈਂ ਉਹੀ ਬੋਲਦਾ ਜੇ ਰੁੜਕੀ ਦਾ ਟੋਨੀ ਸਾਡਾ ਵੀਰ ਹੋਵੇ ਭਗਤ ਯੰਗ ਸਿੰਘ ਕਬੱਡੀ ਕਲੱਬ ਦਾ ਮੈਂਬਰ ਉਹ ਉਹਨਾਂ ਦੇ ਨਾਲ ਸੰਪਰਕ ਕਰੇ ਬਹੁਤ ਬਹੁਤ ਧੰਨਵਾਦ ਪਿੱਥੋਂ ਵਾਲਾ ਪਿੱਥੋਂ ਵਾਲਾ ਪਿੱਥੋਂ ਵਾਲਾ ਪਿੱਥੋਂ ਵਾਲਾ ਪਿੱਥੋਂ ਵਾਲਾ ਪਿੱਥੋਂ ਵਾਲਾ ਪੁਆਇੰਟ ਸ਼ੀਰੇ ਦਾ ਇਹ 500 ਰੁਪਈਆ ਮਾਨ ਦਿੱਤਾ ਗਿਆ ਵਾਹ ਜੀ ਵਾਹ ਬਈ ਕੋਚਾਂ ਤੋਂ ਇਲਾਵਾ ਹੋਰ ਕੋਈ ਵੀ ਮੇਰਾ ਗਰਾਊਂਡ ਚ ਨਾ ਆਵੇ ਵੀਰ ਇੱਕ ਕੋਚ ਹੋਣਾ ਚਾਹੀਦਾ ਨੋਟ ਕਰੋ ਟੀਮਾਂ ਤਿਆਰ ਰਜਿੰਦਰ ਸਿੰਘ ਜੀ ਗੱਲ ਵੱਡਾ ਮਾਣ ਭੇਜਦੇ ਨੇ ਬੋਲਾਂ ਦਾ 500 ਰੁਪਈਆ ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਗੱਲ ਸਾਹਿਬ ਬਾਬਾ ਕਾਨਦਾਸ ਕਬੱਡੀ ਕਲੱਬ ਅੱਜ ਟੀਮ ਸਮਝ ਲਓ ਖੇਡ ਮੈਦਾਨ ਦੇ ਵਿੱਚ ਖੇਡਦੀ ਹੈ ਉੱਧਰ ਬੱਲੇ ਬੱਲੇ ਆ ਤੁਗਾਂ ਦੀ ਤੁਗਾਂ ਦਾ ਯੱਟ ਤੇ ਇੱਧਰ ਆ ਦਾਰਾ ਨਿਕਲ ਗਿਆ ਹੱਥਾਂ ਦੇ ਵਿੱਚੋਂ ਇੱਕ ਨੰਬਰ ਦਾ ਵਾਧਾ ਹੋ ਗਿਆ ਇਸ ਵੇਲੇ ਭਾਈ ਸਾਧੂ ਸਿੰਘ ਕਬੱਡੀ ਕਲੱਬ ਰੁੜਕਾ ਰੁੜਕਾ ਦੀ ਟੀਮ ਦੇ ਲਈ ਇੱਕ ਨੰਬਰ ਦਾ ਵਾਧਾ ਹੋ ਗਿਆ ਬਿੰਦੂ ਪੂਰੀ ਕੋਸ਼ਿਸ਼ ਕਰ ਰਿਹਾ ਇੰਦਰਪਾਲ ਖੁਸ਼ ਹੈ ਇੱਧਰ ਪਰਮਜੀਤ ਬਾਗੜੀਆ ਜੀ ਬੱਲੇ ਬੱਲੇ ਪੰਜਾਬ ਦੇ ਹਰ ਇੱਕ ਪੰਨੇ ਤੇ ਕਹਿੰਦੇ ਵੀ ਰੁੜਕੇ ਦੇ ਖੇਡ ਮੇਲੇ ਦੇ ਨਾਲ ਨਾਲ ਅਕਲਪੁਰ ਦੀ ਵੀ ਗੱਲ ਸਪੈਸ਼ਲ ਤੌਰ ਤੇ ਲਿਖੀ ਜਾਵੇਗੀ ਇੰਦਰ ਇਹ ਵੀਰਾਂ ਦੇ ਨਾਮ ਕਹਿੰਦੇ ਵੀ ਮੇਨ ਸਪੌਂਸਰ ਦੇ ਤੌਰ ਤੇ ਲਿਖੇ ਜਾਣਗੇ ਤੇ ਇੱਧਰ ਦੇ ਪਾਸੇ ਭਾਈ ਕਬੱਡੀ ਲੈ ਵੀ ਗਬਰੂਆ ਇੱਕ ਪਾਸੇ ਹੰਦੇ ਦੂਰ ਧਾਵੀ ਵੀ ਐਨ ਕਰੀਬ ਹੈ ਤੇ ਇਹਦੇ ਨਾਲ ਹੀ ਕੁਝ ਪਲ ਬਾਕੀ ਹੈ ਇਸ ਮੈਚ ਦੇ ਕਿ ਹੋ ਜਾਂਦਾ ਖੂਨ ਪਸੀਨਾ ਇੱਕ ਇੱਥੇ ਭਿੜਦਾ ਜਦੋਂ ਇਹ ਧਾਵੀ ਦੇ ਨਾਲ ਜਾਂ ਫੀ 30 ਸਕਿੰਟਾਂ ਵਿੱਚ ਹਰਾ ਕੇ ਪੈ ਜਿੱਤਣਾ ਪੜਦੇ ਤਾਂ ਜਾ ਕੇ ਹੁੰਦੀ ਏ ਮਾਰ ਥਾਪੀ ਤਾੜੀ ਦਰਸ਼ਕਾਂ ਦੀ ਇੰਨੀ ਨਾ ਸੁਣੇ ਸੌਕੀ ਤਾਕਤ ਗਿੱਟਿਆਂ ਤੱਕ ਉਦੋਂ ਇਹ ਜਾਏ ਨਾ ਪੀ ਤਾਕਤ ਗਿੱਟਿਆਂ ਤੱਕ ਉਦੋਂ ਇਹ ਜਾਏ ਨਾ ਪੀ ਇੰਨੇ ਸੌਖੇ ਨਹੀਂ ਬਿਨ ਸਨਮਾਨ ਮਿਲਦੇ ਨੌਣੀ ਤਲਵਾਰ ਅੱਗੇ ਢਾਲ ਬੰਗ ਪੈ ਛਾਤੀ ਨੌਣੀ ਤਲਵਾਰ ਅੱਗੇ ਢਾਲ ਬੰਗ ਪੈ ਛਾਤੀ ਇਹ ਮਾਂ ਨੇ ਇਹਨਾਂ ਖਿਡਾਰੀਆਂ ਨੂੰ 365 livekabaddi.com ਤੇ ਇਹ ਮੁਕਾਬਲੇ ਜਿਹੜੇ ਚੱਲਦੇ ਆ ਕੱਲੇ ਕੱਲੇ ਮੇਰੇ ਵੀਰ ਨੂੰ ਘੰਟੀਆਂ ਖੜਕਾ ਦਿਓ ਕੋਈ ਕੈਨੇਡਾ ਬੈਠਾ ਕੈਨੇਡਾ ਦੇ ਵਿੱਚ ਕਹਿੰਦੇ ਉਹ ਬੱਲੇ ਕਿੱਦਾਂ ਮੇਰੇ ਵੀਰਿਆ ਆ ਰਣਜੀਤ ਸਿੰਘ ਦਾ ਭਾਣੀਆ ਮੈਂ ਤਾਂ ਇਹਦੀ ਸਿਫਤ ਕਰਦਾ ਕਿਉਂਕਿ ਜਦੋਂ ਰਣਜੀਤ ਸਿੰਘ ਭਾਣੀਆ ਜੀ ਬੇਲੀ ਪੈਸੇ ਭੇਜਦੇ ਲੈ ਕੇ ਇਹੀ ਆਉਂਦਾ ਉਹ ਬੱਲੇ ਲੈ ਗਿਆ ਨੰਬਰ ਵੈਰੀ ਗੁੱਡ ਇਹਨਾਂ ਦਾ ਕੰਮ ਆ ਨੰਬਰ ਲਿਜਾਣਾ ਤੇ ਜਦੋਂ ਰਣਜੀਤ ਢੰਡਾ ਪ੍ਰਧਾਨ ਨੇ ਇੰਗਲੈਂਡ ਕਬੱਡੀ ਫੈਡਰੇਸ਼ਨ ਦੇ ਮਾਇਆ ਭੇਜਦੇ ਮੇਰੇ ਲਈ ਨੋਟ ਪਤਾ ਨੀ ਕਿੰਨੇ ਹੁੰਦੇ ਗਿਣਦਾ ਮੈਂ ਵੀ ਨੀ ਤੇ ਜੇ ਚ ਪਾਉਣ ਲੱਗਾ ਗਿਣਦਾ ਇਹ ਵੀ ਨੀ ਤੇ ਉਧਰ ਮੱਖੀ ਹੈ ਦੁਨੀਆਂ ਦਾ ਮਹਾਨ ਧਾਵੀ ਹੈ ਤੇ ਦੂਜੇ ਪਾਸੇ ਸੰਦੀ ਪੰਭਾ ਸੁਹਾਣਾ ਇਹ ਵੀ ਕਹਿੰਦੇ ਬਈ ਬਹੁਤ ਤਕੜਾ ਜਾਫੀ ਹੈ ਕਈ ਵਾਰੀ ਕਿਸੇ ਦਿਨ ਹੁੰਦਾ ਬਈ ਹਰ ਇੱਕ ਪਾਇਆ ਹੱਥ ਜਫੇ ਚ ਤਬਦੀਲ ਹੋ ਜਾਂਦਾ ਹਰ ਇੱਕ ਲੱਗਾ ਟੱਚ ਹੰਧਿਆ ਵਾਲੂ ਕੂਚ ਕਰ ਜਾਂਦਾ ਤੇ ਅੱਜ ਦੇਖਣਾ ਬਈ ਦਰਸ਼ਕ ਤੁਸੀਂ ਜਾਣਾ ਨੀ ਕਿ ਬੈਠੇ ਰਹੋ ਤੁਸੀਂ ਅੱਜ ਟਾਈਮ ਕੱਢ ਕੇ ਲੱਖਾਂ ਨੋਟ ਨੇ ਕਮਾ ਲਿਆ ਤੁਸੀਂ ਅੱਜ ਟਾਈਮ ਕੱਢ ਕੇ ਅੱਜ ਹੁਣ ਇਹ ਮੁਕਾਬਲਾ ਕੱਢ ਕੱਢ ਕੇ ਲੱਖਾਂ ਨੋਟ ਨੇ ਕਮਾ ਲਿਆ ਤੁਸੀਂ ਟਾਈਮ ਕੱਢ ਕੇ ਕਿ ਇੱਕ ਇੱਕ ਕਬੱਡੀ ਅਸੀਂ ਤੱਕਣੀ ਕੀਮਤੀ ਸਮਿਆਂ ਦੇ ਵਿੱਚੋਂ ਅੱਜ ਸਮਾਂ ਕੱਢ ਕੇ ਇੱਕ ਇੱਕ ਕਬੱਡੀ ਅਸੀਂ ਤੱਕਣੀ ਹੈ ਲੱਖਾਂ ਸਮਿਆਂ ਚੋਂ ਅੱਜ ਅਸੀਂ ਸਮਾਂ ਕੱਢ ਕੇ ਕਿਸੇ ਨੇ ਸ਼ੇਰ ਡੌਲੇ ਤੇ ਚੀਤੇ ਬਣਾਏ ਕਿਸੇ ਨੇ ਸ਼ੇਰ ਬਣਾਏ ਸੁਰਖਪੁਰੀਏ ਦੁੱਲੇ ਨੇ ਸ਼ੇਰ ਬਣਾਇਆ ਸੰਦੀਪ ਸੁਰਖਪੁਰੀਏ ਨੇ ਸ਼ੇਰ ਬਣਾਇਆ ਕਹਿੰਦੇ ਬਈ ਸਵੈਨਗੜ੍ਹ ਸਟੇਡੀਅਮ ਜਦੋਂ ਕਹਿੰਦੇ ਬਈ ਯੰਗ ਕਬੱਡੀ ਕਲੱਬ ਦੀ ਟੀਮ ਖੇਡਦੀ ਸੀ ਮੈਂ ਕਿਹਾ ਕਲਜੀਤੇ ਨੇ ਡੌਲੇ ਤੇ ਸ਼ੇਰ ਬਣਾਇਆ ਦੁੱਲਾ ਕਹਿੰਦਾ ਮੈਂ ਵੀ ਬਣਾਇਆ ਸੰਦੀਪ ਕਹਿੰਦਾ ਮੈਂ ਵੀ ਸ਼ੇਰ ਬਣਾਇਆ ਮੈਂ ਕਿਹਾ ਤੁਸੀਂ ਤਾਂ ਖੁਦ ਸ਼ੇਰ ਆ ਕਹਿੰਦਾ ਸ਼ੇਰਾਂ ਦੇ ਜੁੱਸਿਆਂ ਤੇ ਸ਼ੇਰ ਹੀ ਗੂੰਜਦੇ ਆ ਤੇ ਉਧਰ ਹੋ ਗਿਆ ਮੁਕਾਬਲਾ ਉਹ ਪਿੰਡੀ ਭੱਜ ਤੁਰਿਆ ਪੁਆਇੰਟ ਨਾ 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 ਪੁਆਇੰਟ ਕਿੱਧਰ ਆ ਜੀ ਪੁਆਇੰਟ ਰੇਟਰ ਦਾ ਇੰਦਰਪਾਲੀ ਪੁਆਇੰਟ ਰੇਟਰ ਦਾ
ਪੁਆਇੰਟ ਰੇਟਰ ਦਾ ਜੀ, ਪੁਆਇੰਟ ਰੇਟਰ ਦਾ, ਕਿਉਂਕਿ ਪੈਰ ਟੱਚ ਹੋ ਗਿਆ ਸੀ। ਪੁਆਇੰਟ ਰੇਟਰ ਦਾ, ਪੁਆਇੰਟ ਪਿੰਨੀ ਦਾ, ਤਾੜੀਆਂ ਮਾਰ ਦਿਓ ਪਿੰਨੀ ਦੇ। ਕਹਿੰਦੇ ਵੀ ਟੈਕਨੀਕਲ ਪੁਆਇੰਟ ਹਾਸਲ ਕੀਤਾ, ਕਿਉਂਕਿ ਜਦੋਂ ਪੁੱਛ ਕੀਤੀ ਜਾਂਦੇ ਜਾਂਦੇ ਪੈਰ ਟੱਚ ਕਰ ਗਿਆ ਸੈਂਟਰ ਲਾਈਨ ਨੂੰ। ਹਾਂ ਸੋਰੀ, ਕੋਈ ਗੱਲ ਨੀ, ਭਲੇਖਾ ਪੈ ਜਾਂਦਾ। ਇਹ ਰੈਫਰੀ ਵੀ ਇਨਸਾਨ ਹੈ, ਕਿਉਂਕਿ ਜਦੋਂ ਧੱਕਾ ਮਾਰਿਆ ਹੈ ਨਾ, ਉਹ ਸੋਚਿਆ ਬਾਹਰ ਦੀ ਗਿਆ, ਪਰ ਰੇਡਰ ਵੀ ਟੈਕਨੀਕਲ ਸੀ, ਉਹ ਪੈਰ ਐ ਕਰ ਗਿਆ। ਬੜਾ ਸ਼ੈਤਾਨ ਨਿਕਲਿਆ। ਪੈਸੇ ਆ, ਅੱਛਾ ਪਰਚੀ ਆ। ਲਓ ਜੀ, ਪੁਆਇੰਟ ਧਾਬੀ ਦਾ ਮੈਚ ਦਾ ਰਿਜ਼ਲਟ ਆ ਗਿਆ। ਹਾਂ ਬਈ ਦਰਸ਼ਕ ਵੀਰਿਓ, ਬੈਲ ਥਾਮ ਲਓ, ਬਟੂਏ ਕੱਢ ਲਓ। 100, 200, 300, 400, 500 ਜਿੰਨੇ ਵੀ ਹੈਗੇ ਆ, ਚਹੇਤੇ ਖਿਡਾਰੀਆਂ ਦੇ ਲਈ ਦਸ਼ਮੇਸ਼ NRI ਕਬੱਡੀ ਕਲੱਬ ਨਕੋਦਰ ਦੇ 31 ਨੰਬਰ ਭਾਈ ਸਾਧੂ ਸਿੰਘ ਕਬੱਡੀ ਕਲੱਬ ਰੁੜਕੇ ਦੇ 35 ਨੰਬਰ, 4 ਨੰਬਰਾਂ ਦੇ ਨਾਲ ਭਾਈ ਸਾਧੂ ਸਿੰਘ ਕਬੱਡੀ ਕਲੱਬ ਰੁੜਕੇ ਦੀ ਟੀਮ ਜੇਤੂ ਰਹੀ ਹੈ ਦੂਜੇ ਮੈਚ ਦੇ ਵਿੱਚੋਂ। ਬਈ ਦਰਸ਼ਕ ਵੀਰੋ, ਮੈਂ ਆਪਣੀ ਸਿਫਤ ਨਹੀਂ ਕਰਦਾ, ਕਿਉਂਕਿ ਮੈਂ ਤਾਂ ਕਮੈਂਟਰੀ ਵਧੀਆ ਕਰਦਾ। ਜੇ ਮੈਚਾਂ ਦਾ ਸਵਾਦ ਆ ਗਿਆ ਪਹਿਲੇ ਦੋ ਦਾ, ਤੇ ਜ਼ੋਰਦਾਰ ਤਾੜੀਆਂ ਮਾਰ ਦਿਓ ਇੱਕ ਵਾਰੀ। ਜੇ ਪਹਿਲੇ ਦੋਨੇ ਮੈਚਾਂ ਦਾ ਸਵਾਦ ਆ ਗਿਆ, ਤਾੜੀਆਂ ਮਾਰੋ ਜ਼ੋਰਦਾਰ ਦੋਨੇ ਇਸ ਕਬੱਡੀ ਕੱਪ ਦੇ ਲਈ, ਮਾਂ ਖੇਡ ਕਬੱਡੀ ਦੇ ਲਈ ਤਾੜੀਆਂ ਮਾਰ ਦਿਓ ਇੱਕ ਵਾਰੀ ਜ਼ੋਰਦਾਰ। ਲਓ ਜੀ, ਚੱਕਰੀ ਕਮਾ ਦੇ ਮੇਰਾ ਵੀਰ, ਸੁੱਖਾ ਬਾਗਾ ਬੈਡਰ ਤੋਂ ਤਾੜੀਆਂ ਮਾਰ ਦੇ ਮੇਰੇ ਵੀਰ ਦੀ। ਰੱਬ ਇਹੋ ਜਿਹੀ ਬੱਜ ਕਿਸੇ ਨੂੰ ਨਾ ਪਾਵੇ। ਇਹ ਸਾਡੇ ਹੈਂਡੀਕੈਪਟ ਵੀਰ ਆ, ਵੱਖ ਵੱਖ ਮੇਲਿਆਂ ਤੇ ਜਾ ਕੇ ਵੱਖਰਾ ਪ੍ਰਦਰਸ਼ਨ ਕਰਦੇ ਨੇ। ਨਰਿੰਦਰ ਤੂੰ ਵੀ ਮਾਰ ਮੇਰੇ ਵੀਰ, ਪਲੱਥਾਂ ਵਾਲਾ ਜਿਹੜੇ 5-7 ਸੈਕਿੰਡ ਜਿਹੜੇ ਲਾਉਣੇ ਨੇ। ਉੱਧਰ ਮਾਨੀ ਮਠੱਡਿਆਂ ਵਾਲਾ ਵੀ ਪੁੱਜਾ ਹੋਇਆ, ਆਪ ਕਹਿੰਦੇ ਖੇਡ ਪ੍ਰਮੋਟਰ ਨੇ। ਇੱਧਰ ਜਾਦਾ ਸੁਰਖਪੁਰੀਆ ਪੁੱਜਾ ਹੋਇਆ, ਸੰਦੀਪ ਮਹਿਮਦ ਵਾਲੀਆ ਪੁੱਜਾ ਹੋਇਆ, ਕਹਿੰਦੇ ਸੁਰਖਪੁਰ ਨੂੰ ਵੱਡਾ ਨਾਮ ਰਾਣਾ ਮਹਿਮਦ ਵਾਲੀਆ ਪੁੱਜਾ ਹੋਇਆ, ਕਹਿੰਦੇ ਦੁੱਲੇ ਸੁਰਖਪੁਰੀਆ ਨੂੰ ਕੌਣ ਨਹੀਂ ਜਾਣਦਾ, ਉਹ ਵੀ ਪੁੱਜਾ ਹੋਇਆ। ਉਸ ਵੀਰ ਨੂੰ ਬੇਨਤੀ ਕਰਦਾ ਕਿ 2 ਕਦਮ ਚੱਲ ਕੇ ਇੱਕ ਵਾਰ ਤਾੜੀਆਂ ਮਾਰੀਏ ਇਸ ਵੀਰ ਦੇ ਲਈ। ਦੁਨੀਆਂ ਦਾ ਨਾਮਵਰ ਖਿਡਾਰੀ ਹੈ, ਬਿਹਤਰੀਨ ਖਿਡਾਰੀ ਜਿਹੜੇ ਸਾਡੇ ਦਰਮਿਆਨ ਪੁੱਜੇ ਨੇ, ਇਹਨਾਂ ਸਾਰੇ ਖਿਡਾਰੀ ਵੀਰਾਂ ਦਾ ਵੱਡਾ ਸਤਿਕਾਰ। ਇੱਧਰ ਕੀਪਾ ਪੁੱਜਿਆ ਹੋਇਆ ਦਿਆਲਪੁਰੀਆ, ਵੱਖ ਵੱਖ ਮੇਲਿਆਂ ਦੇ ਬਿਹਤਰੀਨ ਜਿਹੜੇ ਖਿਡਾਰੀ। ਹਾਂਜੀ, ਕਹਿੰਦਾ ਮੇਰਾ ਵੀ ਰੁੜਕੇ ਵਾਲਾ ਜਿਹੜਾ ਰਿੰਕੇ ਵੀਰ ਨਾਲ ਸੰਪਰਕ ਕਰ ਲੈਣ, ਬਹੁਤ ਬਹੁਤ ਧੰਨਵਾਦ। ਆ ਕਹਿੰਦੇ ਮੈਚ ਦੀ ਆਪਾਂ ਅੱਜ ਤੇ ਗੱਲ ਕਰਾਂਗੇ, ਦੁਆਬਾ ਵਾਰੀਅਰ ਸੁਰਖਪੁਰ ਤੇ ਗੁਰੂ ਨਾਨਕ ਕਬੱਡੀ ਕਲੱਬ ਨਕੋਦਰ ਦੇ ਦਰਮਿਆਨ ਜਿਹੜਾ ਬਿਹਤਰੀਨ ਮੁਕਾਬਲੇ ਦੀ ਆਪਾਂ ਗੱਲ ਕਰਾਂਗੇ। ਦੁਆਬਾ ਵਾਰੀਅਰ ਸੁਰਖਪੁਰ ਦੀ ਟੀਮ ਜਿਹੜੀ ਬਿਲਕੁਲ ਸਟੇਜ ਵਾਲੇ ਪਾਸੇ ਹੈ, ਔਰ ਦੂਸਰੇ ਪਾਸੇ ਆਪਾਂ ਗੱਲ ਕਰਾਂਗੇ ਜਿੱਥੇ ਗੁਰੂ ਨਾਨਕ ਕਬੱਡੀ ਕਲੱਬ ਨਕੋਦਰ ਦੀ ਟੀਮ ਪੁੱਜੀ ਹੈ। ਜਿੰਨੇ ਵੀ ਖਿਡਾਰੀ ਵੀਰ ਨੋਟ ਕਰ ਲੈਣ, ਆ ਸਾਡੇ ਕੋਚ ਸਾਹਿਬਾਨ 10 ਪਲੇਅਰ ਤੇ 1 ਕੋਚ ਹੋਣਾ ਜ਼ਰੂਰੀ ਹੈ। ਜੇ ਵੱਧ ਹੋਣਗੇ ਤਾਂ ਜੁਰਮਾਨਾ ਜਿਹੜਾ ਲੱਗਾ ਜਾਵੇਗਾ, ਇਹ ਸਾਡੀ ਸੁਖੀ ਬਰਾੜ ਜੀ ਦੱਸਦੇ ਹੋਏ। ਔਰ ਦੂਸਰੇ ਪਾਸੇ ਜਿੰਨੇ ਵੀ ਸਾਡੇ ਕੋਲ ਖਿਡਾਰੀ ਵੀਰ ਪੁੱਜੇ ਨੇ, ਪਰ ਆ ਗੱਭਰੂ ਲਈ ਕਹਿੰਦੇ ਤਾੜੀਆਂ ਮਾਰੋ, ਸੰਦੀਪ ਸੁਰਖਪੁਰੀਆ ਪੁੱਜਿਆ ਹੋਇਆ। ਕਦੇ ਵਰਲਡ ਕੱਪ ਦੀ ਗੱਲ ਹੋਈ ਆ, ਵੱਡਾ ਮਾਣ ਆ ਕਹਿੰਦੇ ਦੁਨੀਆਂ ਦੇ ਵਿੱਚ ਇਸ ਗੱਭਰੂ ਦਾ, ਤਾੜੀਆਂ ਮਾਰੋ।
ਬਹੁਤ ਬਹੁਤ ਧੰਨਵਾਦ। ਇੱਧਰ ਚੱਲਦਾ ਹੋਇਆ ਮੈਚ ਦੀ ਆਪਾਂ ਗੱਲ ਕਰਾਂਗੇ। ਆ ਕਹਿੰਦੇ ਪੰਡੋਰੀ ਆ, ਪੰਡੋਰੀ ਦੇ ਨਾਲ ਜਿਹੜੀ ਹੱਥ ਜੋੜੀ ਹੋ ਚੁੱਕੀ ਆ, ਤਾੜੀਆਂ ਮਾਰ ਦਿਓ। ਸੰਦੀਪ ਦੀ ਪਹਿਲੀ ਕਬੱਡੀ ਦੇ ਪਹਿਲਾ ਨੰਬਰ ਕੇ ਲੱਡੂ ਵੰਡ ਦੀ ਕਚਹਿਰੀ ਆਵਾਂ, ਪਹਿਲੀ ਪੇਸ਼ੀ ਮੇਰਾ ਯਾਰ ਛੁੱਟ ਜਾਏ। ਬਹੁਤ ਵਧੀਆ ਖਿਡਾਰੀ। ਹਾਂਜੀ, 4 ਵਜੇ ਤੱਕ ਗੁਰੂ ਕਾ ਲੰਗਰ ਜਿਹੜਾ ਅਤੁੱਟ ਵਰਤਾਇਆ ਜਾਵੇਗਾ। ਲਾਗੇ ਭਰ ਦੇ ਸਾਰੇ ਦਰਸ਼ਕਾਂ ਨੂੰ ਬੇਨਤੀ ਆ ਕਿ ਸਟੇਜ ਦੇ ਪਿਛਲੇ ਪਾਸੇ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਲੰਗਰ ਚੱਲਦਾ, ਉਸ ਤੋਂ ਬਾਅਦ ਕਿਸੇ ਵੀ ਮੇਰੇ ਵੀਰ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ। ਪਰ ਇੱਧਰ ਆਪਾਂ ਗੱਲ ਕਰਾਂਗੇ, ਖੇਡ ਦੇ ਨਾਲ ਜੁੜਾਂਗੇ। ਬਿਲਕੁਲ ਨੌਜਵਾਨ ਵੀਰ, ਬਹੁਤ ਵਧੀਆ ਕੋਸ਼ਿਸ਼, 1 ਨੰਬਰ ਦਾ ਵਾਧਾ ਜਿਹੜਾ ਇਸ ਵੇਲੇ ਲਗਾਤਾਰ ਹੁੰਦਾ ਹੋਇਆ ਗੁਰੂ ਨਾਨਕ ਕਬੱਡੀ ਕਲੱਬ ਨਕੋਦਰ ਦੀ ਟੀਮ ਦੇ ਲਈ। ਲਓ ਜੀ, ਕਹਿੰਦੇ ਤਾੜੀਆਂ ਮਾਰੋ ਰਾਣੇ ਮਹਿਮਦ ਵਾਲੀਆ ਦੇ ਲਈ। ਇਹ ਵੀ ਦੁਨੀਆ ਦਾ 73 ਖਿਡਾਰੀ ਆ। ਔਰ ਜਿੱਥੇ ਕਹਿੰਦੇ ਉਰਲੇ ਪਾਸੇ ਆਪਾਂ ਗੱਲ ਕਰਾਂਗੇ, ਇੱਧਰ ਆਪਾਂ ਗੱਲ ਕਰਾਂਗੇ ਮੰਗਾ ਰੁੜਕੀ ਵਾਲ, ਬਹੁਤ ਵਧੀਆ ਕੋਸ਼ਿਸ਼ ਕਰਦਾ ਹੋਇਆ, ਨਹੀਂ ਕਾਮਯਾਬ ਹੋਇਆ, ਗੱਲ ਵੱਖਰੀ ਆ। ਪਰ ਇਸ ਵੇਲੇ 1 ਨੰਬਰ ਦਾ ਵਾਧਾ ਰਾਣਾ ਮਹਿਮਦ ਵਾਲੀਆ ਕਰਦਾ ਹੋਇਆ। ਇੱਧਰ ਆਪਾਂ ਗੱਲ ਕਰਾਂਗੇ ਬਠਿੰਡਿਆਂ ਦਾ ਕਾਲਾ, ਇਸ ਵੇਲੇ ਕਬੱਡੀ ਪਾਉਣ ਲਈ ਵਧਿਆ ਹੋਇਆ, ਨਵੀਂ ਬਰੇਸ ਦੇ ਬਿਹਤਰੀਨ ਖਿਡਾਰੀ ਆ। ਉਧਰ 4 ਜਾਫੀ ਕਹਿੰਦੇ ਜਾਦਾ ਸੁਰਖਪੁਰੀਆ ਦੁਨੀਆ ਦਾ ਨਾਮਵਰ ਖਿਡਾਰੀ, ਮਾਰੋ ਤਾੜੀਆਂ ਦੇ ਸਾਹਮਣੇ ਮੁਕਾਬਲਾ, ਜੇ ਜੱਫਾ ਲੱਗ ਗਿਆ ਤਾਂ ਵਹਿ ਜਾ ਵਹਿ ਜਾ। ਉਧਰ ਜਾਦਾ ਸੁਰਖਪੁਰੀਆ ਨਾਲ ਕਹਿੰਦੇ ਕਾਲਾ ਮੁਟੱਡਿਆਂ ਵਾਲਾ, ਮਾਰ ਦਿਓ ਤਾੜੀਆਂ। 30 ਸੈਕਿੰਡ ਦੀ ਗੱਲ ਹੋਣੀ ਹੈ, ਹੁਣ ਮਾਰ ਕੇ ਤਾੜੀਆਂ ਦੱਸੋ ਕਿ ਪੁਆਇੰਟ ਕਿਤੇ ਹੱਕ ਦੇ ਵਿੱਚ, ਬਾਹਰ ਬੈਠੇ ਸਾਰੇ ਦਰਸ਼ਕਾਂ ਨੂੰ ਪਤਾ ਲੱਗ ਗਿਆ। ਇਸੇ ਤਰ੍ਹਾਂ 28 ਤੇ 29 ਫਰਵਰੀ ਮੇਰਾ ਨਗਰ ਚੱਕ ਸਾਬੂ ਦੇ ਵਿੱਚ ਵੱਡਾ ਕਬੱਡੀ ਕੱਪ, ਔਰ ਬਹਿ ਜਾ ਹੋ ਗਈ ਆ 14 ਤਰੀਕ ਨੂੰ। ਕਹਿੰਦੇ ਆ ਕਬਰੂ ਲਈ ਤਾੜੀਆਂ ਮਾਰੋ ਦੁੱਲੇ ਸੁਰਖਪੁਰੀ ਦੇ ਲਈ, ਦੁਨੀਆ ਦਾ ਨਾਮਵਰ ਖਿਡਾਰੀ ਹੈ। ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ, 4 ਜਾਫੀ 30 ਰੁਪਏ ਕਾਰ। ਉਰਲੇ ਪਿਛੇ ਕਹਿੰਦੇ ਬੱਗੇ ਪਿੰਡ ਦੇ ਮੰਗੀ ਦਾ ਛੋਟਾ ਵੀਰ ਹੈ, ਜਿੱਥੇ ਵੱਡਾ ਮਾਣ, ਔਰ ਨਾਲ ਕਹਿੰਦੇ ਪੰਡੋਰੀ ਆ। ਪਰਲੇ ਪਾਸੇ ਮੰਗਾ ਰੁੜਕੀ ਵਾਲਾ, ਕੌਣ ਡੱਗ ਪਾਵੇਗਾ, ਕੱਲੇ ਨੂੰ ਕੱਲੇ ਦੀ ਗੱਲ ਹੋਣੀ ਹੈ। ਡਬਲ ਟੱਚ ਦਾ ਇਸ਼ਾਰਾ, ਪੁਆਇੰਟ ਜਿਹੜਾ ਇਸ ਵੇਲੇ ਦੁੱਲਾ ਸੁਰਖਪੁਰੀਆ ਆਪਣੀ ਟੀਮ ਦੇ ਲਈ 1 ਨੰਬਰ ਦਾ ਵਾਧਾ ਕਰਦਾ ਹੋਇਆ। ਨਵੀਂ ਚੀਮਾ ਇਸ ਵੇਲੇ ਕਬੱਡੀ ਪਾਉਣ ਲਈ ਵਧਿਆ ਹੋਇਆ, 4 ਜਾਫੀ ਦੁਨੀਆ ਦੇ ਮਹਾਨ ਖਿਡਾਰੀ ਅੱਗੇ ਜਾਦਾ ਸੁਰਖਪੁਰੀਆ। ਔਰ ਜਿੱਥੇ ਦੇਖਾਂਗੇ 4 ਜਾਫੀਆਂ ਦੇ ਵਿੱਚ ਕੌਣ ਡੱਕ ਪਾਵੇਗਾ, ਆਪ ਕੋਸ਼ਿਸ਼ ਕੀਤੀ ਆ। ਰਕੇਸ਼ੀ ਨਾਮ ਗਬਰੂ ਦਾ ਐਨ ਬਹਿਜਾ ਕਰਵਾਉਂਦਾ ਹੋਇਆ, ਪਰ ਦੇਖਾਂਗੇ ਨਵ ਚੀਮਿਆਂ ਵਾਲਾ 1 ਨੰਬਰ ਦਾ ਵਾਧਾ ਕਰਦਾ ਹੋਇਆ ਮੇਰਾ ਵੀਰ। ਪਰ ਆਹ ਦੇਖਾਂਗੇ ਖੇਡ ਦੇ ਨਾਲ ਕੌਣ ਜੁੜੇ ਰਿਹਾ ਔਰ ਕੌਣ ਕਬੱਡੀ ਪਾਉਣ ਲਈ ਵੱਧ ਰਿਹਾ। ਹਾਂਜੀ, ਕਾਕਾ ਸ਼ਾਹ ਵਧੀਆ, ਇੱਕ ਵਾਰ ਤਾੜੀਆਂ ਮਾਰ ਦਿਓ ਗਬਰੂ ਦੇ ਲਈ। ਦੇਖੋ ਸਰੀਰ ਦੇ ਅੱਗੇ ਭੁੱਖ ਲੈਂਦੀ ਆ, ਐਨ ਗੁੰਦਮਾ ਸਰੀਰ, ਕੱਲਾ ਕੱਲਾ ਮਸਲ ਜਿਹੜਾ ਝਾਤੀਆਂ ਮਾਰਦਾ, ਔਰ ਬਿਹਤਰੀਨ ਸਭਾਵਾਂ। ਆ ਕਹਿੰਦੇ ਮੰਗੀ ਦਾ ਛੋਟਾ ਵੀਰ ਨਹੀਂ ਕਾਮਯਾਬ ਹੋਇਆ, ਗੱਲ ਵੱਖਰੀ ਆ। ਪਰ ਪੁਆਇੰਟ ਦਾ ਜਿਹੜਾ ਵਾਧਾ ਹੋ ਚੁੱਕਾ, ਕਾਕਾ ਸ਼ਾਹ ਵਧੀਆ 1 ਨੰਬਰ ਦਾ ਵਾਧਾ ਕਰਦਾ ਹੋਇਆ। ਆ ਕਹਿੰਦੇ ਹਾਂਜੀ ਸਪਰੇਅ ਜਿਹੜੀ ਗਰਾਊਂਡ ਦੇ ਵਿੱਚ ਪੁੱਜਦੀ ਕਰ ਦਿੱਤੀ ਜਾਵੇ ਮਿਹਰਬਾਨੀ ਕਰਕੇ, ਮਨੀ ਡੱਲੇ ਵਾਲੀ ਆ। ਇਸ ਵੇਲੇ ਗਰਾਊਂਡ ਦੇ ਵਿੱਚ ਵਧਿਆ ਹੋਇਆ ਕਬੱਡੀ ਪਾਉਣ ਦੇ ਲਈ, ਇਲਾਕੇ ਭਰ ਦੇ ਸਾਰੇ ਦਰਸ਼ਕ ਵੀਰ ਪੁੱਜੇ ਨੇ। ਉੱਧਰ ਚੱਕ ਸਾਬੂ ਤੋਂ ਜਿੰਨੇ ਵੀ ਮੇਰੇ ਵੀਰ ਨੌਜਵਾਨ ਵੀਰ ਪੁੱਜੇ ਨੇ, ਸਾਡੇ ਪ੍ਰਧਾਨ ਸਾਹਿਬ ਜੱਸੀ ਬਿੱਲਾ ਮੇਰਾ ਵੀਰ, ਔਰ ਵੱਖ ਵੱਖ ਨਗਰਾਂ ਤੋਂ ਜਿੰਨੇ ਵੀ ਅਹੁਦੇਦਾਰ ਪੁੱਜੇ ਨੇ। ਅੱਗੇ ਰਕੇਸ਼ੀ, ਬਹਿ ਜਾ ਮਨੀ ਡੱਲੇ ਵਾਲੀ ਆ, ਚੜ੍ਹਦੀ ਬਰੇਸ ਦੋਨੇ ਪਾਸੇ, ਅੰਦਿਆ ਸਾਹਮਣੇ ਮੁਕਾਬਲਾ, 1 ਨੰਬਰ ਦਾ ਵਾਧਾ ਹੋ ਚੁੱਕਾ। ਬਹੁਤ ਵਧੀਆ ਚੱਲਦਾ ਹੋਇਆ ਮੁਕਾਬਲਾ, 1-1 ਜਿਹੜਾ ਪੁਆਇੰਟ।